ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੇ ਵੀ ਪ੍ਰੋਪਰਟੀ ਟੈਕਸ ਦੇ ਪੁਰਾਣੇ ਬਕਾਇਆ ਜੋ ਕਿ 31/3 ਤੱਕ ਡਿਊ ਸੀਗਾ, ਉਸ ਉੱਪਰ ਜੇ 31/12/23 ਤੱਕ ਅਸੀਂ ਇਹ ਪੈਸੇ ਜਮ੍ਹਾਂ ਕਰਵਾਉਂਦੇ ਹਾਂ ਤਾਂ ਹਰ ਕਿਸਮ ਦੇ ਜੁਰਮਾਨੇ ਅਤੇ ਵਿਆਜ ਤੋਂ ਛੂਟ ਦਿੱਤੀ ਗਈ ਹੈ। ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੇ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਟੈਕਸ ਨਗਰ ਨਿਗਮ ਦਫ਼ਤਰ ਵਿੱਚ 31/12/23 ਤੱਕ ਜਮ੍ਹਾਂ ਕਰਵਾਉਣ। ਇਸ ਦੌਰਾਨ ਸ਼ਨੀਵਾਰ ਅਤੇ ਆਉਣ ਵਾਲੇ ਹਰ ਐਤਵਾਰ ਨੂੰ ਦਫ਼ਤਰ ਵੱਲੋਂ ਸਪੈਸ਼ਲ ਕਾਊਂਟਰ ਕ੍ਰੀਏਟ ਕਰਕੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਦਫ਼ਤਰ ਖੁੱਲ੍ਹਾ ਰਹੇਗਾ। ਬਾਕੀ ਵਰਕਿੰਗ ਡੇਜ਼ ਦੇ ਵਿੱਚ ਪੂਰਾ ਦਿਨ ਖੁੱਲ੍ਹਾ ਰਹੇਗਾ। ਸੈਟਰਡੇ ਅਤੇ ਸੰਡੇ 10 ਵਜੇ ਤੋਂ 2 ਵਜੇ ਤੱਕ ਖੁੱਲ੍ਹਾ ਰਹੇਗਾ। ਕਿਸੇ ਕਿਸਮ ਦੀ ਪਰੇਸ਼ਾਨੀ ਆਉਣ ਦੀ ਸੂਰਤ ਵਿੱਚ ਉਹ ਸਾਡੇ ਟੈਕਸ ਸੁਪਰਡੈਂਟ ਸਵਾਮੀ ਜੀ ਹੈਗੇ ਆ, ਉਹਨਾਂ ਨਾਲ ਸੰਪਰਕ ਕਰ ਸਕਦੇ ਆ। ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈਣ ਤਾਂ ਕਿ ਉਹਨਾਂ ਨੂੰ ਵਿਆਜ ਅਤੇ ਜੁਰਮਾਨੇ ਤੋਂ 31/12/23 ਤੱਕ ਛੂਟ ਦਿੱਤੀ ਜਾ ਸਕੇ। ਸਰ, ਜਿਹੜੇ ਟੈਕਸ ਪ੍ਰਤੀ ਤੁਸੀਂ ਗੱਲ ਕੀਤੀ ਹੈ, ਸੈਚਰਡੇ ਸੰਡੇ ਨੂੰ ਦਫ਼ਤਰ ਖੁੱਲ੍ਹੇ ਰਹਿਣਗੇ ਜੀ, ਕਿੰਨੇ ਟਾਈਮ ਤੱਕ, ਕਿਹੜੇ ਮੰਥ ਤੱਕ ਸਰ ਇਹ ਸਕੀਮ ਰਹੇਗੀ ਜੀ? ਇਹ 31/12/2023 ਤੱਕ ਸਰਕਾਰ ਦੀ ਪਾਲਿਸੀ ਹੈ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਿਆਜ ਅਤੇ ਜੁਰਮਾਨਾ ਵੀ ਦੇਣਾ ਪਏਗਾ। ਇਸ ਕਰਕੇ ਵੱਧ ਤੋਂ ਵੱਧ ਇਸ ਚੀਜ਼ ਦਾ ਜਿਹੜਾ ਹੈਗਾ ਉਹ ਫਾਇਦਾ ਉਠਾਉਣ ਦੀ ਕਿਰਪਾਲਤਾ ਕਰਨ।